ਹਾਂ ਜੀ ਗਾਈਸ ਵੈਲਕਮ ਬੈਕ ਟੂ ਮਾਈ YouTube ਚੈਨਲ ਹਰਪ੍ਰੀਤ ਬਲੌਗਸ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਲੇਟੈਸਟ ਜਿਹੜੀਆਂ PPRs ਨੇ, ਲੇਟੈਸਟ ਅਪਡੇਟਸ ਨੇ ਸਪਾਊਸ ਓਪਨ ਵਰਕ ਪਰਮਿਟ ਕੈਨੇਡਾ ਦੀਆਂ, ਉਹਨਾਂ ਬਾਰੇ। ਤੇ ਮੈਨੂੰ ਪਤਾ ਹੈ ਕਿ ਮੇਰੀ ਵੀਡੀਓ ਦਾ ਬਹੁਤ ਜਾਣੇ ਜਿਹੜੇ ਵੇਟ ਕਰ ਰਹੇ ਸੀ ਬੇਸਬਰੀ ਨਾਲ ਕਿ ਕਦੋਂ PPRs ਜਿਹੜੀਆਂ ਦੇਖਣ ਨੂੰ ਮਿਲਣਗੀਆਂ, ਕਿ ਸਪਾਊਸ ਓਪਨ ਵਰਕ ਪਰਮਿਟ ਦੀਆਂ PPRs ਆਈਆਂ ਜਾਂ ਨਹੀਂ ਆਈਆਂ। ਸੋ ਜਿਹੜੇ ਜਿਹੜੇ ਨਹੀਂ ਮੇਰੀ ਵੀਡੀਓ ਦਾ ਵੇਟ ਕਰਦੇ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ, ਇਹਦੇ ਨਾਲ ਮੈਨੂੰ ਬਹੁਤ ਮੋਟੀਵੇਸ਼ਨ ਮਿਲੂਗੀ। ਸੋ ਵੀਡੀਓ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਰਿਕੁਐਸਟ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਸਾਰਾ ਕੁਝ ਕਰ ਦਿਓ। ਤੇ ਕਰਦੇ ਹਾਂ ਹੁਣ ਆਪਾਂ ਵੀਡੀਓ ਦੀ ਸ਼ੁਰੂਆਤ। ਸੋ ਗਾਈਸ ਅੱਜ ਦੀ ਜਿਹੜੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਲੇਟੈਸਟ ਜਿਹੜੀ PPR ਹੈ ਉਹਦੇ ਬਾਰੇ। PPR ਰਿਕੁਐਸਟ ਫੋਰ ਮੀ ਐਂਡ ਮਾਈ ਸਨ, ਐਪਲੀਕੇਸ਼ਨ ਅਗਸਤ 2020, ਬਾਇਓਮੈਟ੍ਰਿਕਸ ਅਕਤੂਬਰ 2020 ਨੂੰ ਕਰਵਾਏ, ਮੈਡੀਕਲ ਵੀ ਇਹਨਾਂ ਦਾ ਮਾਰਚ 2021 ਨੂੰ ਹੋਇਆ, ਅਤੇ PPR 9th ਅਕਤੂਬਰ 2021 ਦੀ। ਇਹਨਾਂ ਦੀ ਜਿਹੜੀ PPR ਹੈ ਅੱਜ ਆਈ ਹੈ 9 ਅਕਤੂਬਰ ਨੂੰ, ਬਟ ਅਨਫੋਰਚੁਨੇਟਲੀ ਇਹ ਜਿਹੜੀ PPR ਹੈ ਉਹ ਇੰਡੀਆ ਦੀ ਨਹੀਂ ਹੈ, ਉਹ ਹੈਗੀ ਕੀਨੀਆ ਦੀ। ਬਟ ਸਟਿਲ ਇੱਕ PPR, ਇੱਕ ਹੋਪ ਹੈ ਕਿ PPR ਆਈ, ਕਿਸੇ ਨੂੰ ਤਾਂ ਆਈ। ਐਂਡ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੱਕ ਰਿਫਿਊਜ਼ਲ ਦੀ ਜਿਹੜੀ ਕਿ ਕੱਲ੍ਹ ਆਈ ਹੈ। ਐਂਡ ਹਾਏ, ਆਈ ਗੋਟ ਰਿਫਿਊਜ਼ਲ ਟੂਡੇ, ਕੈਨ ਐਨੀਬਡੀ ਸੁਜੈਸਟ ਮੀ ਗੁੱਡ ਵੀਜ਼ਾ ਕੰਸਲਟੈਂਟ। ਮਤਲਬ ਇਹਨਾਂ ਦੀ ਜਿਹੜੀ ਹੈ ਜਿਹੜੀ ਫਾਈਲ ਲੱਗੀ ਸੀ ਉਹ ਆਈ ਸੀ ਅਗਸਤ ਅਤੇ ਸਤੰਬਰ 2020 ਦੇ ਵਿੱਚ ਇਹਨਾਂ ਨੇ ਆਪਣੀ ਫਾਈਲ ਲਾਈ ਸੀ, ਅਤੇ ਇਹਨਾਂ ਨੂੰ ਕੱਲ੍ਹ ਜਿਹੜੀ ਹੈ ਰਿਫਿਊਜ਼ਲ ਮਿਲੀ ਹੈ। ਸੋ ਆਪਾਂ ਜਿੰਨੀਆਂ ਵੀ ਵੀਡੀਓਜ਼ ਮੈਂ ਬਣਾ ਰਿਹਾ ਪਿਛਲੀ ਕਾਫੀ ਟਾਈਮ ਤੋਂ, ਉਹਦੇ ਵਿੱਚ ਜ਼ਿਆਦਾਤਰ ਜਿਹੜੇ ਵੀਜ਼ੇ ਆ ਰਹੇ ਨੇ ਉਹ ਆ ਰਹੇ ਨੇ ਅਗਸਤ, ਅਕਤੂਬਰ ਐਂਡ ਸਤੰਬਰ 2020 ਦੇ। ਸੋ ਮੋਸਟਲੀ ਇਹ ਤੋਂ ਇਹੀ ਹਿਸਾਬ ਲਾ ਸਕਦੇ ਹਾਂ ਕਿ ਜਿਹੜੇ ਵੀਜ਼ੇ ਪਿਛਲੇ ਸਾਲ ਦੇ ਇਸ ਟਾਈਮ ਜਿਹੜੀ ਐਮਬੈਸੀ ਜ਼ਿਆਦਾ ਕਲੀਅਰ ਕਰਨ ਦੀ ਟਰਾਈ ਕਰ ਰਹੀ ਹੈ, ਅਤੇ ਹੋਪਫੁਲੀ ਛੇਤੀ ਛੇਤੀ ਜਿਹੜਾ ਬੈਕਲੌਗ ਕਲੀਅਰ ਹੋਊਗਾ, ਅਤੇ ਇਸ ਸਾਲ ਦੇ ਵੀਜ਼ੇ ਜਿਹੜੇ 2021 ਦੇ ਹੈ, ਵੀਜ਼ੇ ਜਿਹੜੇ ਇੱਕਾ ਦੁੱਕਾ ਜੋ ਦੇਖਣ ਨੂੰ ਮਿਲ ਰਹੇ ਆ ਉਹ ਕਾਫੀ ਤੇਜ਼ੀ ਨਾਲ ਆਪਾਂ ਨੂੰ ਦੇਖਣ ਨੂੰ ਮਿਲਣਗੇ। ਸੋ ਉਸ ਤੋਂ ਬਾਅਦ ਆਪਾਂ ਹੁਣ ਗੱਲ ਕਰਦੇ, ਮੈਨੂੰ ਇੱਕ ਇੰਸਟਾਗ੍ਰਾਮ ਜਿਹੜਾ ਮੇਰਾ ਅਕਾਊਂਟ ਹੈ ਹਰਪ੍ਰੀਤ ਬਲੌਗਸ, ਉਹ 'ਤੇ ਇੱਕ ਮੈਸੇਜ ਆਇਆ। ਸੋ ਉਹਦੇ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ। ਮੇਰੀ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਜਿਹੜੀ 2 ਮਾਰਚ 2020 ਦੀ ਲੱਗੀ ਆ, ਇਹਨਾਂ ਨੇ ਆਪਣੀ ਫਾਈਲ 2 ਮਾਰਚ ਜਿਹੜੀ ਹੈ 20 ਦੇ ਵਿੱਚ ਆਪਣੀ ਫਾਈਲ ਲਾਈ ਸੀ, ਅਤੇ ਇਹਨਾਂ ਦੇ ਆਪਣੇ ਬਾਇਓਮੈਟ੍ਰਿਕ ਹੋਏ ਸੀਗੇ 7 ਮਾਰਚ 2020 ਦੇ, ਅਤੇ ਮੈਡੀਕਲ 12 ਫਰਵਰੀ 2020 ਨੂੰ, ਅਤੇ ਉਸ ਤੋਂ ਬਾਅਦ ਇਹਨਾਂ ਦਾ ਮੈਡੀਕਲ ਐਕਸਪਾਇਰ ਹੋ ਗਿਆ। ਐਂਡ ਇਹ ਹੁਣ ਇਹਨਾਂ ਨੂੰ 29 ਅਕਤੂਬਰ 2021 ਨੂੰ ਮੈਡੀਕਲ ਰਿਕੁਐਸਟ ਇੰਬੈਸੀ ਵੱਲੋਂ, ਮਤਲਬ 29 ਅਕਤੂਬਰ ਨੂੰ ਇਹਨਾਂ ਨੂੰ ਰੀਸੈਂਟਲੀ ਮੈਡੀਕਲ ਰਿਕੁਐਸਟ ਆਈ। ਐਂਡ ਉਸ ਤੋਂ ਬਾਅਦ ਇਹਨਾਂ ਨੇ ਕੀ ਮੈਡੀਕਲ ਜਿਹੜਾ ਆਪਣਾ 2 ਨਵੰਬਰ 2021 ਨੂੰ ਕਰਵਾਤਾ। ਐਂਡ ਉਸ ਤੋਂ ਬਾਅਦ 5 ਨਵੰਬਰ ਨੂੰ ਇੰਬੈਸੀ ਵੱਲੋਂ ਲੈਟਰ ਆਇਆ ਵਾਈਫ ਦੀ ਜੋਬ ਡਿਊਟੀਜ਼ ਅਤੇ ਬੈਂਕ ਸਟੇਟਮੈਂਟ ਅਤੇ ਪੇ ਸਟਬ ਮੰਗਦੇ ਹਾਂ। ਮੀਨਸ ਇਹਨਾਂ ਨੂੰ 5 ਨਵੰਬਰ 2021 ਨੂੰ ਫਿਰ ਤੋਂ ਮੈਸੇਜ ਆਇਆ ਕਿ ਆਪਣੀ ਵਾਈਫ ਦੀਆਂ ਜਿਹੜੀਆਂ ਲੇਟੈਸਟ ਪੇ ਸਟਬ ਅਤੇ ਆਪਣਾ ਬੈਂਕ ਸਟੇਟਮੈਂਟ ਉਹ ਦਿਓ, ਉਹ ਮੈਂ ਮੰਡੇ ਨੂੰ ਦੇ ਦੂੰਗਾ। ਸੋ ਮਤਲਬ ਕਹਿਣ ਦਾ ਮਤਲਬ ਇਹ ਕਿ ਅੱਜ ਕੱਲ੍ਹ ਮੈਡੀਕਲ ਰਿਕੁਐਸਟ ਆਉਣ ਤੋਂ ਬਾਅਦ ਵੀ ਸ਼ੋਰ ਨਹੀਂ ਹੈ ਕਿ ਤੁਹਾਡੇ ਕੋਲ ਵੀਜ਼ਾ ਜਿਹੜਾ ਛੇਤੀ ਛੇਤੀ PPR ਆ ਜੂਗੀ। ਸੋ ਇੰਬੈਸੀ ਵਾਲਿਆਂ ਦਾ ਕੁਛ ਨਹੀਂ ਪਤਾ, ਕੁਛ ਵੀ ਮੰਗ ਸਕਦੇ ਹਾਂ। ਸੋ ਹਮੇਸ਼ਾ ਆਪਣੇ ਜਿਹੜੇ ਹੈ ਆਪਣੇ ਫੰਡਸ ਵਗੈਰਾ, ਆਪਣੇ ਵਾਈਫ ਦੇ ਫੰਡਸ, ਆਪਣੇ ਵਾਈਫ ਦੀ ਸਟੇਟਮੈਂਟ ਅਤੇ ਆਪਣੀ ਵਾਈਫ ਦੇ ਪੇ ਸਟਬ ਵਗੈਰਾ ਹਮੇਸ਼ਾ ਹੀ ਜਿਹੜੇ ਹੈ ਰੈਡੀ ਰੱਖੋ, ਤਾਂ ਕਿ ਜਦੋਂ ਵੀ ਇਹਨਾਂ ਦੀ ਰਿਕੁਐਸਟ ਆਵੇ, ਡਾਕੂਮੈਂਟ ਰਿਕੁਐਸਟ ਆਵੇ, ਤੁਸੀਂ ਬਿਨਾਂ ਟਾਈਮ ਪਏ ਇਹਨਾਂ ਨੂੰ ਪ੍ਰੋਵਾਈਡ ਕਰ ਸਕੋ। ਸੋ ਇਹ ਬਾਈ ਦਾ ਹੁਣ ਇਹਨਾਂ ਨੇ ਜੋ ਵੀ ਹੈ ਆਪਣੇ ਡਾਕੂਮੈਂਟਸ ਭੇਜ ਕੇ ਉਸ ਤੋਂ ਬਾਅਦ ਇਹਨਾਂ ਨੂੰ PPR ਇਸ਼ੂ ਹੋ ਜਾਣੀ ਹੈ। ਸੋ ਵੈਰੀ ਵੈਰੀ ਕੰਗ੍ਰੈਚੁਲੇਸ਼ਨ ਬਾਈ, ਥੈਂਕ ਯੂ ਸੋ ਮੱਚ। ਅਤੇ ਜੇ ਕੋਈ ਹੋਰ ਵੀ ਕਿਸੇ ਨੂੰ ਕੋਈ ਵੀ ਅਪਡੇਟ ਆਈ ਹੈ ਉਹਨਾਂ ਦੀ ਫਾਈਲ ਦੇ ਰਿਕਾਰਡਿੰਗ, ਕਿਸੇ ਨੂੰ ਮੈਡੀਕਲ ਰਿਕੁਐਸਟ ਆਈ ਹੈ, ਤਾਂ ਇੰਸਟਾਗ੍ਰਾਮ ਚੈਨਲ 'ਤੇ ਮੈਨੂੰ ਇੰਸਟਾਗ੍ਰਾਮ ਅਕਾਊਂਟ ਮੇਰਾ ਹਰਪ੍ਰੀਤ ਬਲੌਗਸ, ਉੱਥੇ ਜਾ ਕੇ ਫੋਲੋ ਕਰੋ, ਮੈਸੇਜ ਕਰੋ, ਜਾਂ ਫਿਰ ਕੋਈ ਵੀ ਕੁਐਰੀ ਆ ਤੁਸੀਂ ਮੈਨੂੰ ਉੱਥੇ ਮੈਸੇਜ ਕਰ ਸਕਦੇ ਹੋ। ਮੈਂ ਹਮੇਸ਼ਾ ਸਮਟਾਈਮਸ ਕੁਛ ਟਾਈਮ ਲੱਗ ਜਾਂਦਾ ਰਿਪਲਾਈ ਕਰਨ ਨੂੰ, ਬਟ ਮੈਂ ਰਿਪਲਾਈ ਹਮੇਸ਼ਾ ਕਰਨ ਦੀ ਟਰਾਈ ਕਰਦਾ। ਸੋ ਪਲੀਜ਼ ਮੈਸੇਜ ਮੀ ਔਨ ਇੰਸਟਾਗ੍ਰਾਮ ਐਂਡ ਫੋਲੋ ਮੀ ਔਨ ਇੰਸਟਾਗ੍ਰਾਮ। ਅਤੇ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਅੱਜ ਆਈ ਜਿਹੜੀ ਕੈਨੇਡਾ ਇਨ ਇੰਡੀਆ ਦਾ ਟਵਿੱਟਰ ਅਕਾਊਂਟ ਹੈ ਉਹ 'ਤੇ ਇੱਕ ਅਪਡੇਟ ਆਈ, ਉਹ ਹੈ ਜੀ ਅਟੈਂਸ਼ਨ ਕਲਾਇੰਟਸ ਵਿਦ ਪਾਸਪੋਰਟ ਸਬਮਿਸ਼ਨ ਰਿਕੁਐਸਟ ਲੈਟਰਸ। ਉਹਨਾਂ ਨੇ ਇੱਕ ਲੇਟੈਸਟ ਅਪਡੇਟ ਦਿੱਤੀ ਹੈ, ਜਿਨ੍ਹਾਂ ਨੇ ਵੀ ਆਪਣਾ ਪਾਸਪੋਰਟ ਜਿਹੜਾ ਹੈ ਸਬਮਿਸ਼ਨ ਕਰਵਾਉਣੀ ਹੈ PPR ਆਉਣ ਤੋਂ ਬਾਅਦ, ਉਹਨਾਂ ਲਈ ਇੱਕ ਅਟੈਂਸ਼ਨ ਆਈ ਹੈ। ਵੀ ਰਿਕਮੈਂਡ ਦੈਟ ਯੂ ਫਿਲ ਅਪ ਦਾ BFS ਵੈਬ ਫਾਰਮ ਟੂ ਸਬਮਿਟ ਦਾ ਪਾਸਪੋਰਟ ਐਜ ਸੂਨ ਐਜ ਯੂ ਰਿਸੀਵ ਦਾ ਪਾਸਪੋਰਟ ਰਿਕੁਐਸਟ ਲੈਟਰ। ਉਹਨਾਂ ਨੇ ਕਿਹਾ ਕਿ ਆਪਣਾ ਜਿਹੜਾ ਪਾਸਪੋਰਟ ਹੈ ਤੁਸੀਂ ਫਟਾ ਜਲਦੀ ਤੋਂ ਜਲਦੀ ਸਬਮਿਟ ਕਰੋ BFS ਵੈਬ ਫਾਰਮ ਭਰ ਕੇ, ਠੀਕ ਹੈ, ਜਦੋਂ ਵੀ ਤੁਹਾਨੂੰ ਪਾਸਪੋਰਟ ਰਿਕੁਐਸਟ ਆਈ ਹੈ ਉਸ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਆਪਣਾ ਜਿਹੜਾ ਵੈਬ ਫਾਰਮ ਭਰੋ ਅਤੇ ਆਪਣਾ ਪਾਸਪੋਰਟ ਜਿੰਨੀ ਜਲਦੀ ਹੋ ਸਕੇ ਸਾਨੂੰ ਭੇਜੋ, ਤਾਂ ਕਿ ਜਿਹੜੀ 2-way ਕੁਰੀਅਰ ਸਰਵਿਸ ਇਹਨਾਂ ਨੇ ਚਲਾਈ ਹੋਈ ਹੈ ਉਹ ਸ਼ੁਰੂ ਹੋ ਸਕੇ। ਐਂਡ ਉਸ ਤੋਂ ਬਾਅਦ ਸੈਕਿੰਡ ਹੈ ਜੀ ਚੈੱਕ ਯੂਅਰ IRCC ਸਕੁਆਇਰ ਅਕਾਊਂਟ ਬਿਫੋਰ ਸਬਮਿਟ ਯੂਅਰ ਪਾਸਪੋਰਟ ਆਲਦੋ ਵੀ ਕੰਟੀਨਿਊ ਟੂ ਅਸੈਪਟ ਐਕਸਪਾਇਰਡ PPR ਅੰਟਿਲ ਫਰਦਰ ਨੋਟਿਸ। ਉਹਨਾਂ ਨੇ ਕਿਹਾ ਕਿ ਆਪਣਾ ਜਿਹੜਾ IRCC ਸਕੁਆਇਰ ਅਕਾਊਂਟ ਹੈ ਜਿਹੜੀ ਆਪਣੀ GC ਕੀ ਆ ਉਹ ਕੰਟੀਨਿਊਸਲੀ ਚੈੱਕ ਕਰਦੇ ਰਹੋ, ਬਟ ਅਸੀਂ ਸਟਿਲ, ਉਹਨਾਂ ਨੇ ਕਿਹਾ ਕਿ ਜਿਹੜੀਆਂ ਐਕਸਪਾਇਰਡ ਹੁੰਦੀਆਂ ਨੇ PPR ਹਾਲੇ ਸਟਿਲ ਅਸੀਂ ਐਕਸੈਪਟ ਕਰ ਰਹੇ ਹਾਂ। ਐਂਡ ਉਸ ਤੋਂ ਬਾਅਦ ਥਰਡ ਹੈ ਜੀ ਇਹਨਾਂ ਦੀ ਇੱਕ ਹੋਰ ਆਈ ਹੈ ਐਜ਼ ਆਫ October 1 BAC ਵੈਕਸ ਇਜ਼ ਇਨ ਇੰਡੀਆ ਆਰ ਮੇਕਿੰਗ ਅਵੇਲੇਬਲ ਅਡੀਸ਼ਨਲ ਸਲੋਟ ਫਾਰ ਬਾਇਓਮੈਟ੍ਰਿਕ ਅਪਾਇੰਟਮੈਂਟਸ
ਆਲਸੋ ਬਾਇਓਮੈਟ੍ਰਿਕ ਅਪੁਆਇੰਟਮੈਂਟਸ ਆਰ ਕੰਪਲੀਟਲੀ ਫਰੀ। ਹੁਣ ਇਹਨਾਂ ਨੇ 1 ਅਕਤੂਬਰ ਤੋਂ ਕਿਆ ਕੀਤਾ ਹੋਇਆ ਕਿ ਜਿਹੜੀਆਂ ਅਡੀਸ਼ਨਲ ਸੀਟਸ ਸੀਗੀਆਂ ਬਾਇਓਮੈਟ੍ਰਿਕ ਦੀਆਂ ਅਵੇਲੇਬਲ ਕੀਤੀਆਂ ਸੀ, ਅਤੇ ਅੱਜ ਕੱਲ੍ਹ ਜਿਹੜੀਆਂ ਇਹਨਾਂ ਨੇ ਬਾਇਓਮੈਟ੍ਰਿਕਸ ਦੀਆਂ ਜਿਹੜੀਆਂ ਨੇ ਅਪੁਆਇੰਟਮੈਂਟਸ ਨੇ ਫਰੀ ਕਰਤੀਆਂ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਕਿ ਆਪਣੇ ਆਲੇ ਦੁਆਲੇ ਬਾਇਓਮੈਟ੍ਰਿਕਸ ਦੀ ਅਪੁਆਇੰਟਮੈਂਟਸ ਲੈਣ ਲਈ ਵੀ ਆਪਾਂ ਨੂੰ ਪੈਸੇ ਦੇਣੇ ਪੈ ਰਹੇ ਆ। ਸੋ ਇਹਨਾਂ ਨੇ ਆਪਣੇ ਵੱਲੋਂ ਜਿਹੜੀ ਆ ਹੁਣ ਅਪੁਆਇੰਟਮੈਂਟਸ ਵੀ ਜਿਹੜੀਆਂ ਬਾਇਓਮੈਟ੍ਰਿਕ ਅਪੁਆਇੰਟਮੈਂਟਸ ਨੇ ਉਹ ਫਰੀ ਕਰਤੀ। ਸੋ ਇਹ ਗੁੱਡ ਨਿਊਜ਼ ਹੈ ਕਿ ਜੋ ਬਾਇਓਮੈਟ੍ਰਿਕਸ ਹੁਣ ਫਰੀਲੀ ਹੋਣਗੀਆਂ ਅਤੇ ਇਹਨਾਂ ਨੇ ਜ਼ਿਆਦਾ ਆਪਣੀਆਂ ਜਿਹੜੀਆਂ ਨੇ ਸੀਟਸ ਅਵੇਲੇਬਲ ਕਰਤੀਆਂ ਬਾਇਓਮੈਟ੍ਰਿਕਸ ਲਈ। ਸੋ ਹੋ ਸਕਦਾ ਕਿ ਹੁਣ ਇਹ ਬੈਕਲੌਗ ਕਲੀਅਰ ਕਰਨਾ ਸਟਾਰਟ ਕਰ ਦੇਣ, ਸਪਾਊਸ ਦਾ ਵੀ ਅਤੇ ਸਟੂਡੈਂਟਸ ਦਾ ਵੀ, ਅਤੇ ਇਹਨਾਂ ਨੂੰ ਹੁਣ ਜਿਹੜੀਆਂ ਹੋਰ ਫਾਈਲਸ ਦੀ ਲੋੜ ਹੋਵੇ। ਸੋ ਦੈਟਸ ਵਾਈ ਇਹਨਾਂ ਨੇ ਇੱਕ ਇਹ ਨਵਾਂ ਸਟੈਪ ਖੋਲਿਆ। ਸੋ ਉਮੀਦ ਕਰਦੇ ਹਾਂ ਕਿ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੀਪੀਐਸ ਦੇਖਣ ਨੂੰ ਮਿਲਣਗੀਆਂ ਕੱਲ੍ਹ ਵਾਲੀ ਵੀਡੀਓਜ਼ ਦੇ ਵਿੱਚ ਵੀ, ਅਤੇ ਅੱਜ ਦੀ ਰਾਤ ਨੂੰ ਆਪਾਂ ਤੁਸੀਂ ਵੀ ਉਮੀਦ ਕਰੋ, ਮੈਂ ਵੀ ਉਮੀਦ ਕਰਦਾ ਕਿ ਅੱਜ ਬਹੁਤ ਸਾਰੀ ਪੀਪੀਐਸ ਆਉਣਗੀਆਂ ਅਤੇ ਕੱਲ੍ਹ ਨੂੰ ਗੁੱਡ ਨਿਊਜ਼ ਮਿਲੇ ਸਾਰਿਆਂ ਨੂੰ। ਮੈਂ ਹੋਪ ਇਹੀ ਕਰਦਾ, ਅਤੇ ਇਹੀ ਸੀ ਜੀ ਅੱਜ ਦੀ ਆਪਣੀ ਵੀਡੀਓ। ਵਧੀਆ ਲੱਗੀ ਤਾਂ ਇਨਫੋਰਮੇਸ਼ਨ ਤਾਂ ਵੀਡੀਓ ਨੂੰ ਲਾਈਕ ਕੀਤੇ ਬਿਨਾਂ ਨਾ ਜਾਇਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਵਧੀਆ ਲੱਗੀ ਵੀਡੀਓ, ਸ਼ੇਅਰ ਵੀ ਜ਼ਰੂਰ ਕਰਿਓ। ਤਾਂ ਹੁਣ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ।